ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰ ਯਾਰ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਪੰਜਾਬੀ ਦੇ ਮਕਬੂਲ ਲੇਖਕ ਹਰਪਾਲ ਸਿੰਘ ਪੰਨੂ ਦਾ ਲਿਖਿਆ ਹੋਇਆ ਰੇਖਾ ਚਿੱਤਰ ਲਾਲੀ ਪੁੱਤਰ ਰਾਠ ਦਾ। ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ, ਸੁਖਨਵਰਾਂ ਦਾ ਸੁਖਨਵਰ, ਨਿੱਗਰਿਆਂ ਦਾ ਮਾਣ। ਕੀ ਪੂਰਬ ਦੇ ਜ਼ਖਮ ਨੇ ਕੀ ਪੱਛਮ ਦਾ ਤਾਣ, ਦੋਹਾਂ ਵਿੱਚ ਪਛਾਣਦਾ ਟੁੱਟੇ ਦਿਲ ਦੀ ਸ਼ਾਨ। ਪਿਛਲੇ ਸਾਲ ਖੁਸ਼ਵੰਤ ਸਿੰਘ ਦੇ ਦੇਹਾਂਤ ਦੀ ਖਬਰ ਮਿਲ ਗਈ ਹੋਈ ਸੀ। ਦੇਹਰਾਦੂਨ ਐਤਵਾਰ ਦੇ ਦਿਨ ਡਿਊਟੀ ਨਿਵਾਉਣ ਰੇਲ ਗੱਡੀ ਵਿੱਚ ਬੈਠ ਕੇ ਜਾ ਰਿਹਾ ਸਾਂ। ਅਖਬਾਰ ਵਾਲਾ ਆਇਆ, ਹਿੰਦੀ ਦੇ ਅਖਬਾਰ ਸਨ ਜਾਂ ਅੰਗਰੇਜ਼ੀ ਦਾ ਹਿੰਦੂ ਸੀ। ਵੱਡਾ ਅਖਬਾਰ ਸਫ਼ਰ ਵਿੱਚ ਠੀਕ ਰਹੇਗਾ, ਹਿੰਦੂ ਲੈ ਲਿਆ। ਖੁਸ਼ਵੰਤ ਸਿੰਘ ਉੱਪਰ ਸੰਪਾਦਕੀ ਲਿਖੀ ਹੋਈ ਪੜ੍ਹੀ, ਇੱਕ ਵਾਕ ਸੀ, ਅੰਗਰੇਜ਼ੀ ਜਹਾਨ ਵਿੱਚ ਪੰਜਾਬ ਦੀ ਜਿਹੜੀ ਵਿੰਡੋ ਅੱਧੀ ਸਦੀ ਖੁੱਲ੍ਹੀ ਰਹੀ ਬੰਦ ਹੋ ਗਈ ਹੈ। ਲਾਲੀ ਪ੍ਰੋਫੈਸਰ ਹਰਦਿਲਜੀਤ ਸਿੰਘ ਸਿੱਧੂ ਨੂੰ ਯਾਦ ਕਰਨ ਵਕਤ ਖੁਸ਼ਵੰਤ ਸਿੰਘ ਦਾ ਜ਼ਿਕਰ ਕਿਸ ਲਈ? ਮੇਰੇ ਕੋਲ ਖੁਦ ਅਕਲ ਇਲਮ ਦਾ ਖਜ਼ਾਨਾ ਹੁੰਦਾ, ਆਪਣੇ ਕੋਲੋਂ ਗੱਲ ਬਣਾ ਲੈਂਦਾ। ਨਹੀਂ ਬਣਦੀ ਤਾਂ ਪੂਰਬਲੇ ਫਾਰਮੂਲੇ ਅਪਣਾਉਣ ਵਿੱਚ ਕੀ ਹਰਜ਼? ਹਿੰਦੂ ਅਖਬਾਰ ਦੀ ਬੋਲੀ ਰਾਹੀਂ ਗੱਲ ਕਰੀਏ ਤਾਂ ਆਖਾਂਗੇ, ਪੰਜਾਬੀ ਜਗਤ ਵਿੱਚ ਯੂਰਪੀ ਸਾਹਿਤ, ਆਰਟ ਅਤੇ ਕਲਚਰ ਦੀ ਵਿੰਡੋ ਦੇਰ ਤੱਕ ਖੁੱਲ੍ਹੀ ਰਹੀ, ਲਾਲੀ ਦੇ ਜਾਣ ਨਾਲ ਬੰਦ ਹੋ ਗਈ ਹੈ। ਜਨਮ ਮਰਨ ਦੀਆਂ ਖਬਰਾਂ ਨਵੀਆਂ ਨਹੀਂ ਸਾਡੇ ਲਈ, ਪਰ ਲਾਲੀ ਜੀ ਦੀ ਖਬਰ ਨਾਲ ਵੱਖਰੀ ਕਿਸਮ ਦਾ ਦੁੱਖ ਕਿਉਂ ਹੋਇਆ? ਪ੍ਰੋਫੈਸਰ ਭੁਪਿੰਦਰ ਸਿੰਘ ਨੇ ਕਿਹਾ। ਨਾਗਸੈਨ ਨੇ ਉੱਤਰ ਦਿੱਤਾ, ਆਪਣੀ ਟੀਮ ਦੀ ਵਿਕਟ ਉੱਡੀ ਹੈ ਇਸ ਕਰਕੇ। ਫਿਲਹਾਲ ਦੇ ਗੁਰਵਚਨ ਨੇ ਦੱਸਿਆ, ਉਹ ਪੰਚਕੂਲੇ ਵਸਣ ਲੱਗਿਆ ਸੀ। ਇੱਕ ਦਿਨ ਮਿਲਿਆ, ਉਦਾਸ, ਮਾਯੂਸ, ਅਵਾਕ, ਡੌਰ ਭੌਰ ਹੋਇਆ, ਇੱਧਰ ਉੱਧਰ ਦੇਖੀ ਗਿਆ। ਉਸਨੂੰ ਗੱਲ ਨਾ ਔੜੇ ਕਿਉਂਕਿ ਸਰੋਤੇ ਗੈਰ ਹਾਜ਼ਰ ਸਨ। ਸੁਕਰਾਤ ਪਾਸ ਸਰੋਤਿਆਂ ਦੀ ਗੈਰ ਹਾਜ਼ਰੀ ਕਾਰਨ ਸ਼ਬਦ ਨਹੀਂ ਸਨ। ਉਹ ਸੁਕਰਾਤ ਤਾਂ ਨਹੀਂ ਸੀ, ਮੈਂ ਕਿਹਾ। ਉਸ ਦੀਆਂ ਗੱਲਾਂ ਕਰਦਿਆਂ ਸੁਕਰਾਤ ਦਾ ਜ਼ਿਕਰ ਆ ਗਿਆ, ਕਾਫ਼ੀ ਹੈ। ਨੇੜਿਓਂ ਡਿੱਠਾ ਸੰਤ ਜਰਨੈਲ ਸਿੰਘ, ਕਿਤਾਬ ਲਿਖਣ ਵਾਲਾ ਦਲਵੀਰ ਸਿੰਘ ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਤੰਬਰ 1984 ਵਿੱਚ ਗੁਰਦਿਆਲ ਬੱਲ ਦੇ ਘਰ ਯੂਨੀਵਰਸਿਟੀ ਕੈਂਪਸ ਵਿੱਚ ਅੰਡਰਗਰਾਊਂਡ ਰਹਿ ਰਿਹਾ ਸੀ। ਬੱਲ ਨੇ ਲਾਲੀ ਨੂੰ ਘਰ ਸੱਦ ਲਿਆ। ਕੇਰ ਸਿੰਘ ਅਤੇ ਬਲਕਾਰ ਸਿੰਘ ਵੀ ਪੁੱਜ ਗਏ, ਸਿੱਖ ਸਦਮੇ ਵਿੱਚੋਂ ਲੰਘ ਰਹੇ ਸਨ। ਮਾਹੌਲ ਉਦਾਸ ਸੀ। ਲਾਲੀ ਨੇ ਕਿਹਾ, ਅਕਾਲ ਤਖ਼ਤ ਦੀ ਤੁਰੰਤ ਉਸਾਰੀ ਨਹੀਂ ਹੋਣੀ ਚਾਹੀਦੀ, ਇੱਕ ਇੱਟ ਹਰ ਰੋਜ਼ ਲੱਗਣੀ ਚਾਹੀਦੀ ਹੈ, ਸਿਰਫ ਇੱਕ ਇੱਟ ਰੋਜ਼। ਫਿਰ ਉਸਨੇ ਆਜ਼ਾਦੀ, ਬਹਾਦਰੀ, ਰੁਦਨ, ਟੱਕਰ ਦੀਆਂ ਗੱਲਾਂ ਸੁਣਾਉਂਦਿਆਂ ਸਪੈਨਿਸ਼ ਸਾਹਿਤ ਦੇ ਮੋਢੀ ਮੇਗਲ ਡੀ ਸਰਵੰਤੇ ਦੀ ਰਚਨਾ ਡੌਨ ਕੋਹੋਤੇ ਤੋਂ ਲੈ ਕੇ ਹੁਣ ਤੱਕ ਦੇ ਸਾਹਿਤ ਦੀ ਸੈਰ ਕਰਾਈ। ਯੂਨਾਨੀ ਨਾਵਲਕਾਰ ਅਤੇ ਚਿੰਤਕ ਨਿਕੋਸ ਕੈਜ਼ਾਨ ਜੈਕਿਸ ਦੀ ਅਮਰ ਰਚਨਾ ਫਰੀਡਮ ਐਂਡ ਡੈਥ ਦੀ ਕਥਾ ਛੇੜ ਲਈ। ਯੂਨਾਨ ਦੇ ਨਾਲ ਲੱਗਦੇ ਟਾਪੂ ਕ੍ਰੇਟ ਵਿੱਚ ਸਥਾਨਕ ਅਸਾਈ ਤੁਰਕਾਂ ਨਾਲ ਟਕਰਾ ਰਹੇ ਹਨ। ਮਾਈਕਲ ਅਤੇ ਪਾਸ਼ਾ ਓਡੇਸੀ ਰੈਵਿਜ਼ਰਿਡ ਵਿੱਚ ਯੋਧੇ ਹਨ। ਇਸ ਕਿਤਾਬ ਵਿਚਲੀ ਆਜ਼ਾਦੀ ਦੀ ਗਾਥਾ ਸੁਣਾਉਂਦਿਆਂ ਲਾਲੀ ਨੇ ਆਦਮੀ ਦੀ ਸ਼ਾਨ ਦਾ ਉਹ ਮਾਰਮਿਕ ਵਰਣਨ ਕੀਤਾ ਕਿ 4 ਘੰਟੇ ਹੋਰ ਕੋਈ ਨਾ ਬੋਲਿਆ। ਹੁਣ ਦਲਵੀਰ 85 ਸਾਲ ਦਾ ਹੋ ਗਿਆ, ਉਸਨੂੰ ਉਸ ਦਿਨ ਦਾ ਲਾਲੀ ਅਜੇ ਭੁੱਲਿਆ ਨਹੀਂ। ਫੋਨ 'ਤੇ ਪੁੱਛ ਲੈਂਦਾ, ਕਿਵੇਂ ਆ ਤੁਹਾਡਾ ਲਾਲੀ? ਹੁਣ ਜੀਵਨ ਵਿੱਚ ਇੱਕ ਵਾਰ ਉਸਨੂੰ ਮਿਲਿਆ, ਉਸਦਾ ਚਿਹਰਾ, ਅੰਦਾਜ਼ 27 ਸਾਲ ਤੋਂ ਮੇਰੀਆਂ ਅੱਖਾਂ ਅੱਗੇ
ਸੰਜੀਵ ਫਿਰ ਰਿਹਾ ਹੈ। ਉਸ ਦੀਆਂ ਆਵਾਜ਼ਾਂ ਦੀ ਧੁਨ ਸੁਣਾਈ ਦੇਣੋਂ, ਹੱਥਾਂ ਦੀ ਮੁਦਰਾ ਦਿਖਾਈ ਦੇਣੋਂ ਅਜੇ ਹਟੀ ਨਹੀਂ। ਹਰ ਸਵੇਰ ਉਸਨੂੰ ਸਰੋਤਾ ਚਾਹੀਦਾ ਸੀ। ਮੱਕੇ ਉੱਪਰ ਜਹਾਦੀਆਂ ਦਾ ਹਮਲਾ, ਕਸ਼ਮੀਰ ਦਾ ਹਜ਼ਰਤ ਬਲ ਸੰਕਟ, ਮਿਸਰ ਵਿੱਚ ਮੁਸਲਮਾਨ ਬ੍ਰਦਰਹੁੱਡ ਦੀ ਚੜ੍ਹਤ, ਸ੍ਰੀਲੰਕਾ ਵਿੱਚ ਲਿੱਟੇ ਦੀ ਮਾਰਕੇਬਾਜ਼ੀ, ਬੇਅੰਤ ਸਿੰਘ ਦੀ ਹੱਤਿਆ ਜਾਂ ਕਿਸੇ ਨੋਬੇਲ ਇਨਾਮਦਾਰ ਦਾ ਹੁਨਰ ਇੱਕੋ ਜਿਹੀ ਰੋਮਾਂਚਿਕ ਸ਼ੈਲੀ ਵਿੱਚ ਵਰਣਨ ਕਰਦਾ। ਰਵਿੰਦਰ ਰਵੀ ਅਤੇ ਬਲਵੰਤ ਮਾਂਗਟ ਵਰਗੇ ਉਹਦੇ ਵਿਰੋਧੀ ਸਿਰ ਨਵਾ ਕੇ ਸੁਣਨ ਲੱਗ ਜਾਂਦੇ। ਗਲੋਬ ਉਸ ਵਾਸਤੇ ਬਹੁਤ ਛੋਟੀ ਗੇਂਦ ਹੈ, ਕੁਝ ਹੋਰ ਵੱਡੀ ਹੋਣੀ ਚਾਹੀਦੀ ਸੀ। ਸਾਲ 1968 ਵਿੱਚ 10ਵੀਂ ਜਮਾਤ ਪਿੰਡੋਂ ਕਰਕੇ ਜਦ ਮੈਂ ਮਹਿੰਦਰਾ ਕਾਲਜ ਵਿੱਚ ਦਾਖਲ ਹੋ ਕੇ ਪ੍ਰੀ ਮੈਡੀਕਲ ਕਰਕੇ ਡਾਕਟਰ ਬਣਨ ਦਾ ਫੈਸਲਾ ਕੀਤਾ, ਉਦੋਂ ਮੇਰੀ ਜੇਬ ਵਿੱਚ 54 ਨਹੀਂ ਸੀ। ਮੈਂ ਲਾਲੀ ਦੇ ਘਰ ਪਟਿਆਲੇ ਬਹਿੜਾ ਰੋਡ ਵਾਲੇ ਮਕਾਨ ਦੇ ਤਵੇਲੇ ਵਿੱਚ ਡੇਰਾ ਜਮਾ ਕੇ ਪੜ੍ਹਨਾ ਸ਼ੁਰੂ ਕੀਤਾ। 15 ਸਾਲ ਦਾ ਛੋਕਰਾ ਦੇਖੀ ਜਾਂਦਾ, ਲਾਲੀ ਨਾਲ ਰਾਜ਼ਦਾਂ ਆ ਰਿਹਾ ਹੈ, ਸੋਮਪਾਲ ਰੰਚਨ ਆ ਰਿਹਾ ਹੈ, ਸੁਰਜੀਤ ਪਾਤਰ, ਨੂਰ, ਸ਼ਿਵ ਕੁਮਾਰ, ਯਾਨੀ ਕਿ ਸਾਰੇ ਦੇ ਸਾਰੇ ਅਜੂਬੇ। ਪਹਿਲੀ ਵਾਰੀ LP ਮਸ਼ੀਨ ਚੱਲਦੀ ਦੇਖੀ, ਪਹਿਲੀ ਵਾਰ ਟੇਪ ਰਿਕਾਰਡ ਦੇ ਵੱਡੇ ਸਪੂਲ ਘੁੰਮਦੇ ਦੇਖੇ। ਲਾਲੀ ਦਾ ਸਹੁਰਾ ਘਰ ਪਟਿਆਲੇ ਹੀ ਸੀ। ਆਪਣੀ ਪਤਨੀ ਨਾਲ ਤਾਂ ਬਹਿੜਾ ਰੋਡ ਘੱਟ ਹੀ ਆਉਂਦਾ, ਦੋਸਤਾਂ ਦੇ ਕਾਫਲੇ ਹੀ ਬਹੁਤੀ ਵਾਰ ਦਿਖਾਈ ਦਿੰਦੇ। ਸਰਦਾਰ ਭਾਪਾ ਪਿੰਡ ਰਹਿੰਦਾ, ਕਦੇ ਕਦਾਈ ਮਹੀਨੇ ਦੋ ਮਹੀਨਿਆਂ ਬਾਅਦ 2-4 ਦਿਨ ਰਹਿ ਕੇ ਵਾਪਸ ਪਰਤ ਜਾਂਦਾ। ਪਟਿਆਲੇ ਦੇ ਨੇੜੇ ਨਾਭਾ ਰੋਡ ਉੱਤੇ 6 ਏਕੜ ਜ਼ਮੀਨ ਸੀ। ਲੈਂਡ ਸੀਲਿੰਗ ਐਕਟ ਤੋਂ ਪਹਿਲਾਂ ਸਾਰਾ ਪਿੰਡ ਫਤਿਹਗੜ੍ਹ ਉਸੇ ਦਾ ਸੀ, ਪਰ ਸੀਲਿੰਗ ਪਿੱਛੋਂ ਵੀ ਘੱਟ ਕੀਮਤ ਪਵਾ ਕੇ 200 ਏਕੜ ਬਚਾ ਲਏ ਸਨ। ਪਿੰਡ ਦੀ ਹਵੇਲੀ ਕਿਲਾ ਸੀ, ਉੱਚੇ ਥਾਂ ਉੱਪਰ ਉਸਰਿਆ ਕਿਲਾ। ਅਸੀਂ ਪਟਿਆਲੇ ਆਪ ਰੋਟੀ ਪਕਾਉਂਦੇ, ਦਾਲ ਜਾਂ ਸਬਜ਼ੀ ਜੋ ਸਵੇਰੇ ਖਾ ਕੇ ਜਾਂਦੇ ਉਹੀ ਸ਼ਾਮ ਨੂੰ। ਇਸ ਤਬੇਲੇ ਦੀ ਖੁਰਲੀ ਵਿੱਚ ਅਸੀਂ ਮਿੱਟੀ ਪਾ ਦਿੱਤੀ, ਉੱਪਰ ਇੱਕ ਤੈਅ ਇੱਟਾਂ ਦੀ ਵਿਛਾ ਕੇ ਅਖਬਾਰਾਂ ਨਾਲ ਢੱਕ ਦਿੱਤੀ। ਇਹ ਸਾਡਾ ਕੁਕਿੰਗ ਰੇਂਜ, ਇਹੀ ਡਾਇਨਿੰਗ ਟੇਬਲ, 1 ਸਟੋਵ, 4 ਕੌਲੀਆਂ, 4 ਗਲਾਸ। ਅਜੀਤ ਹੱਸਦਾ, ਸਮਾਜਵਾਦ ਆ ਗਿਆ, ਮੱਝਾਂ ਅਤੇ ਬੰਦਿਆਂ ਦਾ ਡਾਇਨਿੰਗ ਟੇਬਲ ਇੱਕੋ, ਆਰਥਿਕ ਬਰਾਬਰੀ। ਪੜ੍ਹਨ ਲਿਖਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। 2 ਕੁ ਮਹੀਨਿਆਂ ਬਾਅਦ ਲਾਲੀ ਦਾ ਪਾਪਾ ਪਿੰਡੋਂ ਆ ਗਿਆ, ਪੁੱਛਿਆ, ਕਿਵੇਂ ਹੋ ਬਈ ਮੁੰਡਿਓ? ਅਸੀਂ ਕਿਹਾ, ਠੀਕ ਹਾਂ ਜੀ। ਫਿਰ ਪੁੱਛਿਆ, ਪਟਿਆਲਾ ਦੇਖਿਆ? ਅਸੀਂ ਹਾਂ ਵਿੱਚ ਸਿਰ ਹਿਲਾਏ। ਕੀ ਦੇਖਿਆ? ਉੱਤਰਮਾਲ ਰੋਡ, ਬਾਰਾਂਦਰੀ ਬਾਗ, ਕਿਲਾ ਮੁਬਾਰਕ, ਅਦਾਲਤ ਬਾਜ਼ਾਰ, ਮੋਤੀ ਮਹਿਲ। ਫਿਲਮ ਨਹੀਂ ਦੇਖੀ? ਇਹ ਚੰਗੀ ਚੀਜ਼ ਨਹੀਂ ਹੁੰਦੀ। ਉਹ ਹੱਸ ਪਿਆ, ਮੈਨੂੰ ਪਤਾ ਸੀ ਇਹੋ ਜਵਾਬ ਦਿਓਗੇ। ਪਾਸ ਹੋਣ ਜੋਗੇ ਨੰਬਰ ਨਹੀਂ ਮਿਲੇ ਤੁਹਾਨੂੰ? ਜਿਸ ਨੂੰ ਤੁਸੀਂ ਪਟਿਆਲਾ ਸਮਝਿਆ, ਇਹ ਤਾਂ ਉਹ ਥਾਂ ਹੈ ਜਿੱਥੇ ਪਟਿਆਲਾ ਰਹਿੰਦਾ ਹੈ, ਉਸ ਬਛਿੰਦੇ ਦਾ ਘਰ ਹੈ। ਥੋੜ੍ਹੇ ਕੁ ਦਿਨ ਰਹਾਂਗਾ ਤੁਹਾਡੇ ਕੋਲ, ਪਟਿਆਲਾ ਦਿਖਾਵਾਂਗਾ, ਠੀਕ ਹੈ? ਅਸੀਂ ਹਾਂ ਵਿੱਚ ਸਿਰ ਹਿਲਾਏ। ਕਿਹਾ, ਤੁਹਾਨੂੰ ਦਿਖਾਵਾਂਗਾ ਰਾਜਨਾ, ਬੇਦਾਰ, ਦਲੀਪ ਕੌਰ ਟਿਵਾਣਾ, ਵਿਸ਼ਵਨਾਥ ਤਿਵਾੜੀ, ਗੁਲਵੰਤ ਸਿੰਘ, ਗੰਡਾ ਸਿੰਘ, ਪ੍ਰੀਤਮ ਸਿੰਘ। ਮਿਲਾਂਗੇ ਉਸਤਾਦ ਬਾਕਰ ਹੁਸੈਨ ਨੂੰ, ਕੰਵਰ ਮਗਿੰਦਰ ਸਿੰਘ ਨੂੰ, ਮਹਾਰਾਜਾ ਯਾਦਵਿੰਦਰ ਸਿੰਘ ਨੂੰ, ਲਾਲ ਚੰਦ ਜਮਲਾ ਅਤੇ ਹਰਪਾਲ ਟਿਵਾਣੇ ਨੂੰ। ਭਲਵਾਨ ਕੇਸਰ ਸਿੰਘ ਦੀ ਹਵੇਲੀ ਚੱਲਾਂਗੇ। ਇੱਕ ਸ਼ਾਇਰ ਹੈ ਕੁਲਵੰਤ ਗਰੇਵਾਲ, ਇੱਕ ਯੋਗਿੰਦਰ ਸਿੰਘ ਹੈ, ਉਸ ਵਰਗੀ ਹੀਰ ਕਿਸੇ ਨੇ ਗਾਉਣੀ ਹੈ? ਉਸ ਦਾ ਨਾਮ ਅਸੀਂ ਯੋਗਿੰਦਰ ਹੀਰ ਰੱਖ ਦਿੱਤਾ। ਸੁਣਿਆ ਇਹ ਨਾਮ ਕਦੀ? ਕਿਸੇ ਦਾ ਨਾਮ ਨਹੀਂ ਸੀ ਸੁਣਿਆ ਸਿਵਾਏ ਮੈਡਮ ਟਿਵਾਣਾ ਦੇ, ਜਿਨ੍ਹਾਂ ਦੀ ਕਹਾਣੀ ਬੱਸ ਕੰਡਕਟਰ 10ਵੀਂ ਦੀ ਪਾਠ ਪੋਥੀ ਵਿੱਚ ਲੱਗੀ ਹੋਈ ਸੀ।
ਉਹਨਾਂ ਨੇ ਇੱਕ ਹੋਰ ਫੈਸਲਾ ਸੁਣਾਇਆ। ਰਿਕਸ਼ੇ ਤਾਂਗੇ ਜਾਂ ਬੱਸ ਦੀ ਸਵਾਰੀ ਨਹੀਂ ਕਰਨ ਦਿਆਂਗਾ, ਪੈਦਲ ਚੱਲਣਾ ਪਏਗਾ, ਤਾਂ ਪਟਿਆਲਾ ਮਿਲੇਗਾ ਸਹਿਜੇ ਸਹਿਜੇ, ਮਨਜ਼ੂਰ ਹੈ? ਗੁੰਗਿਆਂ ਬੋਲਿਆਂ ਵਾਂਗ ਹਾਂ ਵਿੱਚ ਸਿਰ ਹਿਲਾਏ। 25-30 ਕਿਲੋਮੀਟਰ ਪੈਦਲ ਸਫ਼ਰ ਉਸ ਲਈ ਆਮ ਗੱਲ ਸੀ। ਜਦੋਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ, ਨੌਕਰ ਕੁੱਤਾ ਅਤੇ ਘੋੜਾ ਨਾਲ ਹੁੰਦੇ। ਸਵਾਰੀ ਨਹੀਂ ਸੀ ਕਰਦਾ, ਕਹਿ ਦਿੰਦਾ ਜਦੋਂ ਥੱਕ ਗਿਆ ਤਾਂ ਸਵਾਰ ਹੋ ਜਾਵਾਂਗਾ। ਥੱਕਦਾ ਹੀ ਨਾ, ਮੈਂ ਉਸਨੂੰ ਘੋੜੇ ਦੀ ਕਾਠੀ 'ਤੇ ਸਵਾਰ ਕਦੇ ਨਹੀਂ ਦੇਖਿਆ। ਅੱਗੇ ਅੱਗੇ ਤੁਰਿਆ ਜਾ ਰਿਹਾ ਹੈ, ਬਾਕੀ ਸਭ ਪਿੱਛੇ ਪਿੱਛੇ। ਮੈਂ ਸਰਦਾਰ ਨੂੰ ਪੁੱਛਿਆ, ਤੁਸੀਂ ਵੀ ਮਹਿੰਦਰਾ ਕਾਲਜ ਵਿੱਚ ਪੜ੍ਹੇ ਹੋ? ਖੂਬ ਹੱਸਿਆ, ਉਹ ਇਹ ਕਾਲਜ ਕਿਹਨੇ ਬਣਾਤਾ? ਇਹ ਤਾਂ ਸਕੂਲ ਹੋਇਆ ਕਰਦਾ ਸੀ 12ਵੀਂ ਤੱਕ ਦਾ। ਇੱਕ ਦਿਨ ਸਰਕਾਰੀ ਚਿੱਠੀ ਆ ਗਈ ਕਿ ਅੱਗੇ ਤੋਂ ਇਸਨੂੰ ਸਕੂਲ ਨਾ ਕਿਹਾ ਕਰੋ, ਕਾਲਜ ਕਿਹਾ ਕਰੋ। ਐਂ ਕਹਿਣ ਨਾਲ, ਇੱਕ ਚਿੱਠੀ ਨਾਲ, ਸਕੂਲ ਕਾਲਜ ਬਣ ਜਾਇਆ ਕਰਦਾ। ਚੀਫਸ ਕਾਲਜ ਲਾਹੌਰੋਂ ਪੜ੍ਹਿਆ ਹਾਂ, ਅੰਦਰ ਆਓ ਜ਼ਰਾ, ਆਹ ਦਿਸਦੀਆਂ ਨੇ ਸ਼ੀਲਡਾਂ, ਕੱਪ ਅਤੇ ਟਰੋਫੀਆਂ, ਕਤਾਰਾਂ ਦੀਆਂ ਕਤਾਰਾਂ। ਦੱਸੋ, ਕਾਂਸ 'ਤੇ ਬਚੀ ਹੈ ਕੋਈ ਥਾਂ? ਵਿਧਵਤਾ ਦਾ ਕਦੇ ਦਾਅਵਾ ਨਹੀਂ ਕੀਤਾ, ਖੇਡਣ ਦੀ ਰੁਚੀ ਸੀ, ਸੋ ਹਾਕੀ ਦੀ ਕਪਤਾਨੀ ਕੀਤੀ। ਜਿੱਥੇ ਖੇਡਣ ਜਾਂਦੇ, ਜਦੋਂ ਪਤਾ ਲੱਗਦਾ ਫਤਿਹਗੜੀਏ ਨਾਲ ਟੱਕਰ ਹੋਵੇਗੀ, ਤਾਪ ਚੜ੍ਹ ਜਾਂਦਾ ਸੀ ਅਗਲਿਆਂ ਨੂੰ। ਟੀਮ ਦੀ ਫੋਟੋ ਦੇਖੀ, ਮਹਾਰਾਜਾ ਯਾਦਵਿੰਦਰ ਸਿੰਘ ਬੈਠੇ ਸਨ। ਮੈਂ ਪੁੱਛਿਆ, ਵਧੀਆ ਖਿਡਾਰੀ ਸਨ ਮਹਾਰਾਜਾ? ਹੱਸ ਪਿਆ, ਠੀਕ ਸਨ, ਟੀਮ ਵਿੱਚ ਪਾ ਲੈਂਦੇ ਸਾਂ। ਫਸਟ ਕਲਾਸ ਟ੍ਰੇਨ ਦੀਆਂ ਸੀਟਾਂ ਮਿਲਣਗੀਆਂ, ਉਹਨਾਂ ਕਰਕੇ ਆਲੀਸ਼ਾਨ ਹੋਟਲਾਂ ਵਿੱਚ ਰਹਿਣ ਦਾ ਬੰਦੋਬਸਤ ਹੋ ਜਾਂਦਾ। ਉਹ ਹੱਸਦਾ ਤਾਂ ਜਿਵੇਂ ਝਰਨਾ ਫੁੱਟ ਪੈਂਦਾ, ਸਾਰਾ ਜਿਸਮ ਹੱਸਦਾ। ਇਹ ਲਫ਼ਜ਼ ਲਿਖਦਿਆਂ ਮੈਨੂੰ ਚੈਖਵ ਦਾ ਵਾਂਕਾ ਯਾਦ ਆ ਗਿਆ। ਆਪਣੇ ਬਾਬੇ ਨੂੰ ਲਿਖੇ ਖੱਤ ਵਿੱਚ ਵਾਕ ਹਨ, ਬਾਬਾ ਤੂੰ ਜਦੋਂ ਜੰਗਲ ਵਿੱਚ ਕ੍ਰਿਸਮਿਸ ਟ੍ਰੀ ਵੱਢਣ ਲਈ ਜਾਂਦਾ, ਮੈਂ ਤੇਰੇ ਨਾਲ ਤੁਰ ਪੈਂਦਾ। ਦਰਖਤ ਵੱਢਦਿਆਂ ਜਦੋਂ ਠੰਡ ਨਾਲ ਮੈਨੂੰ ਕੰਬਦਾ ਦੇਖਦਾ ਤਾਂ ਤੂੰ ਖੂਬ ਹੱਸਦਾ, ਤੇਰੇ ਨਾਲ ਸਾਰਾ ਜੰਗਲ ਹੱਸ ਪੈਂਦਾ। ਵਲਦਾਰ ਤਾਰਾਂ ਦੀਆਂ ਲੱਤਾਂ ਵਾਲੀ ਕੁਰਸੀ 'ਤੇ ਬੈਠਾ ਗੱਲਾਂ ਕਰਦਾ ਦੇਖ ਕੇ ਮੈਂ ਸੋਚਦਾ, ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਕਾਇਮ ਰਹਿੰਦੀਆਂ ਅਤੇ ਚਿਹਰੇ ਉੱਪਰ ਚੇਚਕ ਦੇ ਦਾਗ ਨਾ ਹੁੰਦੇ ਤਾਂ ਬਿਲਕੁਲ ਇਸੇ ਤਰ੍ਹਾਂ ਦਾ ਹੋਣਾ ਸੀ। ਅੱਖਾਂ ਮਸ਼ਾਲਾਂ ਵਾਂਗ ਦਗਦੀਆਂ। ਇਹ ਨਹੀਂ ਕਿ ਗੁੱਸਾ ਨਹੀਂ ਆਉਂਦਾ ਸੀ, ਗੁੱਸੇ ਵਿੱਚ ਖੁਦ ਨੂੰ ਬੁਰਾ ਭਲਾ ਕਹਿਣ ਲੱਗਦਾ, ਜਿਸ ਉੱਪਰ ਕ੍ਰੋਧਵਾਨ ਹੈ ਉਸਨੂੰ ਨਹੀਂ। ਹਰਜੀਤ ਗਿੱਲ ਨੇ ਦੱਸਿਆ, ਲਾਲੀ ਕਿਉਂਕਿ ਕਮਿਊਨਿਸਟ ਨਹੀਂ ਸੀ, ਉਸਨੂੰ ਬਹੁਤ ਆਰਾਮ ਨਾਲ ਨੌਕਰੀ ਮਿਲੀ। ਲਾਲੀ ਜੁਆਇਨਿੰਗ ਰਿਪੋਰਟ ਦੇਣ ਗਿਆ, ਮੁਖੀ ਗਿੱਲ ਨੂੰ ਕਹਿਣ ਲੱਗਾ, ਕਿਸੇ ਨੂੰ ਦੱਸਿਓ ਨਾ ਬਈ ਲਾਲੀ ਨੌਕਰ ਹੋ ਗਿਆ, ਮੇਰੇ ਭਾਈਚਾਰੇ ਵਿੱਚ ਮੇਰੀ ਬਦਨਾਮੀ ਹੋਵੇਗੀ, ਮਾਲਕ ਨੌਕਰ ਹੋ ਜਾਏ ਇਹ ਗੱਲ ਸ਼ਰਮਨਾਕ ਹੈ। ਗਿੱਲ ਨੇ ਕਿਹਾ, ਮੈਂ ਕਿਉਂ ਦੱਸਣਾ ਹੋਇਆ ਕਿਸੇ ਨੂੰ? ਲਾਲੀ, ਪਰ ਮੈਨੂੰ ਸਵੇਰੇ ਆ ਕੇ ਹਾਜ਼ਰੀ ਲਾ ਕੇ 4 ਵਜੇ ਤੱਕ ਬੈਠਣਾ ਪਿਆ ਕਰੇਗਾ, ਪਤਾ ਤਾਂ ਲੱਗ ਜਾਣਾ। ਗਿੱਲ, ਤੇਰੇ 'ਤੇ ਕੋਈ ਪਾਬੰਦੀ ਨਹੀਂ, ਤੈਨੂੰ ਕੋਈ ਨੌਕਰ ਨਹੀਂ ਸਮਝੇਗਾ, ਜਿਹੜਾ ਮਰਜ਼ੀ ਵਾਈਸ ਚਾਂਸਲਰ ਆ ਜਾਏ ਤੈਨੂੰ ਨਹੀਂ ਟੋਕੇਗਾ। ਇਉਂ ਲਾਲੀ ਉਮਰ ਭਰ ਮਾਲਕ ਰਿਹਾ। ਲਾਲੀ ਨੂੰ ਮਿਲਣ ਆਇਆ ਇੱਕ ਮੁੰਡਾ ਗਿੱਲ ਦੇ ਕਮਰੇ ਵਿੱਚ ਗਿਆ ਅਤੇ ਪੁੱਛਿਆ, ਲਾਲੀ ਕਿੱਥੇ ਹੈ? ਗਿੱਲ ਨੇ ਕਿਹਾ, ਜੇ ਤੂੰ ਲਾਲੀ ਨੂੰ ਜਾਣਦਾ ਫਿਰ ਤੈਨੂੰ ਪਤਾ ਹੋਣਾ ਚਾਹੀਦਾ ਉਹ ਕਿੱਥੇ ਹੈ ਇਸ ਵੇਲੇ, ਜੇ ਨਹੀਂ ਜਾਣਦਾ ਫਿਰ ਮਿਲ ਕੇ ਕੀ ਕਰੇਗਾ? ਡਾਕਟਰ ਭਗਤ ਸਿੰਘ VC ਕੋਲ ਲਾਲੀ ਵਿਰੁੱਧ ਕਿਸੇ ਨੇ ਚੁਗਲੀ ਕੀਤੀ, ਦੱਸਿਆ ਕੰਮ ਨਹੀਂ ਕਰਦਾ, ਕਲਾਸ ਵਿੱਚ ਨਹੀਂ ਜਾਂਦਾ, ਦਰਖਤ ਹੇਠ ਬੈਠਾ ਫਜ਼ੂਲ ਦੀਆਂ ਗੱਲਾਂ ਕਰੀ ਜਾਂਦਾ, ਉਸਨੂੰ ਸਮਝਾਓ। ਭਗਤ ਸਿੰਘ ਨੇ ਕਿਹਾ, ਤੂੰ ਵੀ ਲਾਲੀ ਦੀ ਕਲਾਸ ਵਿੱਚ ਬੈਠਿਆ ਕਰ ਕਦੇ ਕਦਾਈ, ਤੈਨੂੰ ਵੀ ਅਕਲ ਆ ਜਾਏ, ਲਾਲੀ ਜਿੱਥੇ ਬੈਠਾ ਹੋਵੇ ਉਹ ਕਲਾਸ ਰੂਮ ਹੈ, ਲਾਲੀ ਯੂਨੀਵਰਸਿਟੀ ਵਾਸਤੇ ਨਹੀਂ, ਉਸ ਵਾਸਤੇ ਯੂਨੀਵਰਸਿਟੀ ਬਣੀ ਹੈ। ਹਰਜੀਤ ਗਿੱਲ ਕੋਲ ਕਿਸੇ ਨੇ ਸ਼ਿਕਾਇਤ ਕੀਤੀ, ਲਾਲੀ ਅਤੇ ਸੁਰਜੀਤ ਲਈ ਸਾਰਾ ਦਿਨ ਕੌਫੀ ਹਾਊਸ ਵਿੱਚ
ਯੱਕੜ ਮਾਰ ਕੇ ਘਰ ਚਲੇ ਜਾਂਦੇ ਨੇ। ਤੁਸੀਂ ਵਿਭਾਗ ਵਿੱਚ ਬਿਠਾ ਕੇ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੇ? ਗਿੱਲ ਨੇ ਕਿਹਾ, ਮਰ ਜਾਣ ਦੇ ਇਹਨਾਂ ਨੂੰ ਚਾਹ ਪੀ ਪੀ ਕੇ ਇੱਥੇ ਬੈਠ ਕੇ ਕਿਹੜਾ ਕੰਮ ਕਰਨਗੇ? ਇਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਕੰਮ ਤਾਂ ਕਰ ਲੈਂਦਾ, ਫਿਰ ਮੇਰੇ ਕੋਲ ਬੈਠੇ ਰਿਹਾ ਕਰਨਗੇ ਅਤੇ ਮੈਨੂੰ ਵੀ ਕੰਮ ਨਹੀਂ ਕਰਨ ਦੇਣਾ ਇਹਨਾਂ ਨੇ। ਮੇਰਾ ਜੀ ਕਰਦਾ 10 ਮੀਲ 'ਤੇ ਕੌਫੀ ਹਾਊਸ ਹੋਵੇ, ਆਉਂਦੇ ਜਾਂਦੇ ਬੀਤ ਜਾਣ। ਲਾਲੀ ਦੀ ਜੇਬ ਵਿੱਚ 5 ਰੁਪਏ ਤੋਂ ਵੱਧ ਕਦੇ ਪੈਸਾ ਨਹੀਂ ਰਿਹਾ, ਉਦੋਂ ਵੀ ਨਹੀਂ ਜਦੋਂ ਉਹ ਪ੍ਰੋਫੈਸਰ ਲੱਗ ਗਿਆ ਸੀ। ਰੋਟੀ, ਵਿਸਕੀ, ਚਾਹ, ਲੱਸੀ ਜੋ ਖਾਧਾ ਪੀਤਾ ਉਸਦਾ ਬਿੱਲ ਨਾਲ ਵਾਲਾ ਦੇਵੇਗਾ। ਸਾਰੀ ਉਮਰ ਇਹੋ ਹੀ ਹੋਇਆ। ਜੇ ਤੁਹਾਡਾ ਖਿਆਲ ਹੈ ਇਹ ਗੱਲ ਮੈਨੂੰ ਬੁਰੀ ਲੱਗਦੀ ਹੈ ਤਾਂ ਤੁਸੀਂ ਗਲਤ ਹੋ। ਲਾਲੀ ਵਰਗਾ ਫਕੀਰ ਇਵੇਂ ਹੀ ਕਰੇਗਾ। ਕੁਲਵੰਤ ਸਿੰਘ ਗਰੇਵਾਲ ਦੇ ਸੁਭਾਅ ਵਿੱਚ ਬਾਦਸ਼ਾਹੀ ਸੀ। ਉਹ ਵਧੀਆ ਤੋਂ ਵਧੀਆ ਖਾਣ ਪੀਣ ਦੀ ਚੀਜ਼ ਖਰੀਦ ਕੇ ਖੁਦ ਪੈਸੇ ਦਿੰਦਾ। ਹੁਣ ਤੱਕ ਮੈਨੂੰ ਪੈਸੇ ਨਹੀਂ ਦੇਣ ਦਿੰਦਾ, ਤੂੰ ਛੋਟਾ ਹੈ ਚੁੱਪ ਕਰਕੇ ਬੈਠਿਆ ਕਰ। ਜੇ ਕੋਈ ਮਿੱਤਰ ਦੂਰ ਜਾਂਦਾ ਦਿਸ ਪਵੇ, ਬੁਲਾਉਣਾ ਹੈ, ਉੱਚੀ ਆਵਾਜ਼ ਨਹੀਂ ਦੇਵੇਗਾ, ਤੇਜ਼ ਕਦਮੀ ਚੱਲ ਕੇ ਰਲੇਗਾ, ਜਾਂ ਫਿਰ ਕੋਈ ਵਿਦਿਆਰਥੀ ਮਿਲ ਗਿਆ ਉਸਨੂੰ ਉਸ ਵੱਲ ਭਜਾ ਦੇਵੇਗਾ। ਸਿਧਾਰਥ ਨੇ ਕਿਹਾ, ਲਾਲੀ ਸੰਕੇਤਾਂ, ਮਿੱਥਾਂ ਤੇ ਰੂਪਕਾਂ ਨਾਲ ਗੱਲਾਂ ਫੜਨ ਦਾ ਯਤਨ ਕਰਦਾ ਹੈ। ਉਹਦੇ ਹੱਥ, ਬਾਹਾਂ, ਅੱਖਾਂ ਬੋਲਾਂ ਨਾਲੋਂ ਵਧੀਕ ਗੱਲਾਂ ਕਰਦੀਆਂ। ਇੱਕ ਦਿਨ ਜਾਂਦਿਆਂ ਜਾਂਦਿਆਂ ਰੁਕੇ, ਸੜਕ ਦੇ ਵਿਚਕਾਰ ਥੋੜਾ ਕੁ ਘਾਹ ਉੱਗਿਆ ਦੇਖਿਆ, ਖਲੋ ਗਏ। ਘਾਹ ਨੂੰ ਕਿਹਾ, ਉਹ ਤੈਨੂੰ ਨਾ ਗਾਂ ਖਾਏਗੀ, ਨਾ ਮੱਝ, ਨਾ ਭੇਡ ਦੇ ਕੰਮ ਆਏਗਾ, ਨਾ ਬੱਕਰੀ ਦੇ। ਕਿਉਂ ਉੱਗਾ ਆਇਆ ਇੱਥੇ? ਪਹੀਆਂ ਹੇਠ ਕੁਚਲੇ ਜਾਣ ਲਈ? ਫਿਰ ਸੜਕ ਵਿਚਕਾਰ ਬੈਠ ਗਏ। ਸਾਨੂੰ ਕਿਹਾ, ਦੇਖੋ, ਉੱਪਰ ਜਾਣ ਵਾਸਤੇ ਜਿੰਨੀ ਕੁ ਇਸ ਵਿੱਚ ਤਾਕਤ ਸੀ ਲਾ ਦਿੱਤੀ, ਜਦੋਂ ਥੱਕ ਗਿਆ ਸਿਰ ਝੁਕਾ ਦਿੱਤਾ, ਆਹ ਦੇਖੋ, ਝੁਕਿਆ ਸਿਰ ਦੇਖੋ। ਨਾਦ ਪ੍ਰਗਾਸ ਦੇ ਜਵਾਨ ਲਾਲੀ ਨੂੰ ਮਿਲਣ ਗਏ। ਉਮਰ ਵਧੀਕ ਹੋਣ ਕਰਕੇ ਜ਼ਿਆਦਾ ਗੱਲਾਂ ਨਾ ਕਰ ਸਕੇ। ਉੱਠੇ, ਉਹਨਾਂ ਦੀਆਂ ਦਸਤਾਰਾਂ ਪਲੋਸਦਿਆਂ ਕਿਹਾ, ਦਸਤਾਰ ਬਗੈਰ ਬੰਦਾ ਲਾਹੌਰ ਨਹੀਂ ਜਾ ਸਕਦਾ। ਇਹੋ ਜਿਹੀ ਗੱਲ ਲਾਲੀ ਹੀ ਕਰ ਸਕਦਾ ਹੈ। ਲਾਹੌਰ ਪੰਜਾਬ ਦੀ ਦਸਤਾਰ ਹੈ। ਪੰਜਾਬ ਜਦੋਂ ਪੰਜਾਬ ਨੂੰ ਮਿਲਣ ਤੋਂ ਸੰਘਣਾ ਛੱਡੇਗਾ, ਉਹਦੀ ਮਾਰੂਥਲ ਵਿੱਚ ਗੁੰਮਿਆ ਪੁੰਨੂ ਲੱਭ ਜਾਏਗਾ। ਖਾਲੀ ਅਸਮਾਨ ਕਾਲੀ ਘਟਾ ਨੇ ਘੇਰ ਲਿਆ ਜੋ ਦੇਰ ਤੱਕ ਛਾਈ ਰਹੀ। ਬਾਰਿਸ਼ਾਂ ਹੋਈਆਂ, ਕੁੜੀਆਂ ਤੀਆਂ ਵਿੱਚ ਨੱਚੀਆਂ, ਗੀਤ ਗਾਏ। ਫਿਰ ਆਸਮਾਨ ਸਾਫ਼ ਹੋ ਗਿਆ। ਤੀਆਂ, ਗੀਤ, ਕੁੜੀਆਂ ਘਟਾ ਨਾਲ ਲੋਪ ਹੋ ਗਈਆਂ। ਲਾਲੀ ਦਰਸ਼ਕ ਰਿਹਾ, ਜਿਸ ਵਰਗਾ ਹੋਰ ਕੋਈ ਨਹੀਂ, ਅਜਿਹਾ ਦ੍ਰਿਸ਼ਟਾ। ਰਿਸ਼ੀਆਂ ਨੇ ਵੇਦ ਮੰਤਰ ਲਿਖੇ ਨਹੀਂ, ਦੇਖੇ ਸਨ। ਇਸ ਕਰਕੇ ਜਿਹੜਾ ਬੰਦਾ ਰਿਸ਼ੀਆਂ ਨੂੰ ਲੇਖਕ ਆਖਦਾ ਹੈ ਉਸਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਰਿਸ਼ੀ ਮੰਤਰ ਦ੍ਰਿਸ਼ਟਾ ਸਨ। ਸ਼ੁਕਰੀਆ।